ਵਾਲੇਕੁਮ ਸਾਰੇ ਭਰਾਵਾਂ ਨੂੰ। ਅੱਛਾ ਜੀ, ਇਹ ਅੱਬ ਸਾਹਿਬ ਨੇ ਵੀਡੀਓ ਬਣਾਈ ਹੈ ਤੇ ਉਹਦੇ 'ਚ ਕਹਿ ਰਹੇ ਨੇ ਕਿ ਇਹ ਜਿਹੜੇ ਫੁਰਕਾਨ ਭਾਈ ਨੇ, ਫੁਰਕਾਨ ਖਾਨ ਲੋਧੀ ਜੀ, ਇਹ ਉਸਾਦ ਨਹੀਂ ਨੇ ਤੇ ਇਹ ਇੰਡੀਆ ਦੀ ਸਭ ਦਾ ਫਿੱਗੀ ਹੈ ਤੇ ਅਸੀਂ ਨਹੀਂ ਮੰਨਦੇ। ਇਹ ਲਾਹੌਰ 'ਚੋਂ ਮਨਵਾਨ, ਇਹ ਲਾਹੌਰ 'ਚੋਂ ਮਨਵਾਨ। ਲਿਹਾਜ਼ਾ ਮੈਂ ਲਾਹੌਰੀਆਂ ਨੂੰ ਜਿੰਨੀਆਂ ਵੀ ਦਫਾ ਆਈਆਂ, ਇਹ ਮੈਂ ਪੁੱਛਣਾ ਵਾ ਕਿੱਥੋਂ ਆਈਆਂ? ਇਹ ਸਾਰੀਆਂ ਇੰਡੀਆ 'ਚੋਂ ਹੀ ਆਈਆਂ ਇਹ ਦਫਾ। ਤੇ ਰਹੀ ਗੱਲ ਅੱਬ ਸਾਹਿਬ ਦੀ, ਅੱਬ ਸਾਹਿਬ ਨਾਲ ਜਦੋਂ ਅਸੀਂ ਤਿੰਨ ਸਾਲ ਪਹਿਲੇ ਗੇਮ ਕੀਤੀ, ਉਹਨਾਂ ਨਾਲ ਜਦੋਂ ਸ਼ੋਅ ਕੀਤਾ ਤੇ ਉਸ ਦਿਨਾਂ ਦੇ ਵਿੱਚ ਪੂਰਾ ਸਿਆਲਕੋਟ ਅੱਬ ਸਾਹਿਬ ਨੂੰ ਕੋਈ ਵੀ ਨਹੀਂ ਮੰਨਦਾ ਸੀ ਤੇ ਸਾਰੇ ਉਸਤਾਦਾਂ ਨੇ ਅੱਬ ਸਾਹਿਬ ਨੂੰ ਕੱਟਿਆ ਸੀ, ਬਲਕਿ ਲਾਹੌਰ ਦੇ ਉਸਤਾਦ ਸਾਨੂੰ ਮਨਾ ਕਰਦੇ ਸਨ ਕਿ ਇਹ ਤੇ ਕੱਟਿਆ, ਇਹਨੂੰ ਸ਼ੋਅ, ਇਹਦੇ ਨਾਲ ਸ਼ੋਅ ਨਾ ਕਰੋ। ਤੇ ਸਾਡਾ ਜਿਹੜਾ ਮੌਕਫ ਇਹ ਸੀ ਕਿ ਅਸੀਂ ਸ਼ੋਅ ਕਰਨਾ ਤੇ ਅਸੀਂ ਸ਼ੋਕ ਨੂੰ ਪ੍ਰਮੋਟ ਕਰਨਾ, ਅਸੀਂ ਕਿਸੇ ਨੂੰ ਕੱਟੇ ਕੁੱਟੇ ਨਹੀਂ ਮੰਨਦੇ। ਜਿਹੜਾ ਮਰਜ਼ੀ ਹੈ, ਜਿਹੜਾ ਸ਼ੋਕ ਕਰਨਾ ਚਾਹੁੰਦਾ ਉਹ ਸ਼ੋਕ ਕਰੇ। ਤੇ ਲਿਹਾਜ਼ਾ ਅੱਬ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਇਹ ਕੱਟੇ ਨੇ ਜਾਂ ਇਹ ਇਨਕਲਾਬ ਗਰੁੱਪ ਨੂੰ ਅਸੀਂ ਨਹੀਂ ਮੰਨਦੇ, ਪਹਿਲੇ ਤੁਸੀਂ ਸਿਆਲਕੋਟ ਆਪਣਾ ਆਪ ਮਨਵਾਓ, ਉਸ ਤੋਂ ਬਾਅਦ ਫਿਰ ਤੁਸੀਂ ਗੱਲਾਂ ਕਰੋ। ਬਿਲਕੁਲ। ਤੇ ਲਿਹਾਜ਼ਾ ਇਹ ਗੁਲ ਭਾਈ ਨੇ ਆਵਾਜ਼ ਦਿੱਤੀ ਹੈ, ਜਿੰਨੇ ਵੀ ਇਹ ਜਿਹੜੇ ਉਸਤਾਦ ਬਣਦੇ ਨੇ, ਝੂਠੇ ਉਸਤਾਦ ਜਿਹੜੇ ਬਣੇ ਪਏ ਨੇ, ਤੇ ਉਹਨਾਂ ਨੂੰ ਗੁਲ ਭਾਈ ਨੇ ਪੈਗਾਮ ਦਿੱਤਾ ਉਹ ਇੱਕ ਵਾਰੀ ਸਾਡੇ ਨਾਲ ਸ਼ੋਅ ਕਰ ਲੈਣ ਇਨਕਲਾਬ ਗਰੁੱਪ ਨਾਲ, ਤੇ ਜੇ ਉਹ ਜ਼ਿਆਦਾ ਮੁੜ ਕੇ ਜਿੱਤਣਗੇ ਸਾਡੇ ਕੋਲੋਂ ਤੇ ਉਹ ਜਿਵੇਂ ਦਾ ਉਸੂਲ ਕਵਣਗੇ ਉਹ ਉਵੇਂ ਦੇ ਉਸੂਲਾਂ 'ਚ ਅਸੀਂ ਚੱਲਾਂਗੇ ਤੇ ਉਹ ਜੋ ਵੀ ਕਵਣਗੇ ਅਸੀਂ ਮੰਨਾਂਗੇ। ਲਿਹਾਜ਼ਾ ਜੇ ਸਾਡਾ ਪੁਆਇੰਟ ਸਾਡੇ ਜ਼ਿਆਦਾ ਵੱਧਦੇ ਨੇ, ਸ਼ੋਅ ਹੁੰਦਾ ਸਾਡੇ ਜ਼ਿਆਦਾ ਪੁਆਇੰਟ ਵੱਧਦੇ ਨੇ ਤੇ ਅਸੀਂ ਜਿਹੜਾ ਸ਼ੋਅ ਨੂੰ ਪ੍ਰਮੋਟ ਕਰਨੇ ਪਏ ਆ, ਢੰਗੇ ਦਾ ਸਿਸਟਮ ਬਣਾਇਆ ਲਿਆਂਦਾ ਤੇ ਸ਼ੋਅ ਨੂੰ ਅੱਛੇ ਤੋਂ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਉਹ ਸਾਡੀਆਂ ਗੱਲਾਂ ਮੰਨਣ। ਜੇ ਉਹ ਜਿੱਤਣਗੇ ਉਹਨਾਂ ਦੀ ਗੱਲਾਂ ਅਸੀਂ ਮੰਨਾਂਗੇ, ਜੇ ਅਸੀਂ ਜਿੱਤਾਂਗੇ ਤੇ ਸਾਡੀਆਂ ਗੱਲਾਂ ਉਹ ਮੰਨਣ। ਤੇ ਲਿਹਾਜ਼ਾ ਇਹ ਸ਼ੋਕ ਹੈਗਾ, ਸ਼ੋਅ ਨੂੰ ਸ਼ੋਕ ਸਮਝਿਆ ਜਾਏ, ਸ਼ੋਅ 'ਚ ਸਿਆਸਤ ਨਾ ਕੀਤੀ ਜਾਵੇ। ਇਹ ਸ਼ੁਰੂ ਤੋਂ ਸਾਡਾ ਇਹਨਾਂ ਦਾ ਇੱਕੋ ਹੀ ਇਤਲਾਫ ਹੈਗਾ ਸੀ ਕਿ ਇਹ ਸਿਆਸਤ ਕਰਦੇ ਸਨ, ਸ਼ੋਕ ਨਹੀਂ ਕਰਦੇ ਸਨ। ਇਹ ਕਹਿੰਦੇ ਨੇ ਅਸੀਂ 20 ਸਾਲ 25 ਸਾਲ ਹੋ ਗਏ ਨੇ ਕੁੱਕਰ ਲੜਾਉਂਦੇ ਆ, ਪਹਿਲੇ ਤੁਸੀਂ ਇਹ ਦੱਸੋ 20-25 ਸਾਲਾਂ 'ਚ ਕੁੱਕਰ ਤੇ ਗਨਵਾਓ ਕਿੰਨੇ ਲੜਾਏ ਨੇ? ਤੇ ਮੇਰੇ ਖਿਆਲ ਨਾਲ ਮੈਨੂੰ ਤਕਰੀਬਨ 10-12 ਸਾਲ ਹੋ ਗਏ ਨੇ ਤੇ ਮੈਂ ਤੇ ਅੱਜ ਤੱਕ ਜਿਹੜੇ 4-5 ਸਾਲ ਪੁਰਾਣੇ ਹੈਗੇ ਨੇ ਉਹਨਾਂ ਦਾ ਇੱਕ ਕੁੱਕਰ ਵੀ ਨਹੀਂ ਲੜਦਿਆਂ ਵੇਖਿਆ। ਤੇ ਲਿਹਾਜ਼ਾ ਸਾਰੇ ਭਰਾਵਾਂ ਨੂੰ ਇਹੋ ਗੁਜ਼ਾਰਿਸ਼ ਹੈਗੀ ਹੈ ਕਿ ਇਹਨਾਂ ਨੂੰ ਵੇਖਣ, ਇਹ ਜਿਹੜੇ ਮਸਲੇ ਨੇ ਆਪਣੇ ਮੁਫਾਦ ਪ੍ਰਸਤ ਦੀ ਵਜ੍ਹਾ ਤੋਂ ਜੋ ਵੀ ਮਸਲੇ ਮਸਾਇਲ ਹੈ ਕਰਨੇ ਨੇ ਨਾ, ਸਿਆਸਤਾਂ ਕਰਨੇ ਨੇ, ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਦੇ ਨਾਲ ਸਾਡਾ ਸਵਾਦ ਜਾਂ ਪੈਗਾਮ ਜਿਹੜਾ ਗੁਲ ਭਾਈ ਨੇ ਦਿੱਤਾ ਉਹਦੇ 'ਤੇ ਅਮਲ ਕਰਨ, ਜੇ ਇਹ ਸ਼ੁਕੀਨ ਹੈਗੇ ਨੇ ਤੇ ਇਹਨਾਂ ਨੇ ਜੇ ਸਿਆਸਤਾਂ ਹੀ ਕਰਨੀਆਂ ਤੇ ਬਾਕੀ ਇਹਨਾਂ ਦੀ ਆਪਣੀ ਮਰਜ਼ੀ ਹੈ। ਅਸਲਾਮ ਵਾਲੇ ਨੂੰ ਸਾਰੇ ਭਰਾਵਾਂ।